ਮੈਂ ਉਸ ਪੈਂਤੀਆਂ ਨਾਲ ਤਿੰਨ ਮੱਖਾਂ ਨਾਲ ਘਬਰੂਆਂ ਨੂੰ ਖੇਡਦਾ ਰਿਹਾ, ਰਾਵਾਂ ਨਾਲ ਵੀ, ਸਿੱਖਾਂ ਨਾਲ ਵੀ, ਇੱਧਰ ਵੀ ਬਸਤੀਆਂ ਸਾਰੀਆਂ ਸਾਡੇ ਨਾਲ ਲੱਗਦੀਆਂ, ਰਲ ਤੇ ਖੇਡਣਾ, ਰਲ ਤੇ ਵੱਜਣਾ, ਖਾਵਣਾ। ਕਿਹੜੇ ਪਿੰਡ ਦੇ ਹੁੰਦੇ ਸੀ ਜੀ ਜਿਹੜੇ ਤੁਹਾਡੇ ਨਾਲ ਖੇਡਦੇ? ਉਹ ਡੱਡੀਆਂ ਦੇ ਆਏ, ਪਰਸਾ ਵੱਜਦਾ, ਉਹ ਆਏ ਆਪਣਾ ਭਰਾ ਹੈ, ਖੁੱਡੀਆਂ ਵੱਜਦੀਆਂ ਜਾਂ ਉੱਥੇ ਮੁਸਲੇ ਵੱਜ ਗਏ, ਖੁੱਡੀਆਂ ਵੱਜਦੀਆਂ, ਉਹ ਉਹਨਾਂ ਖੁੱਡੀਆਂ ਬਸੀ ਹੋਈਆਂ ਜੀ ਛਪਰਾਂ ਦੀਆਂ, ਉਹ ਖੁੱਡੀਆਂ ਵੱਜਦੀਆਂ ਜੀ, ਉਹ ਰਾਵਾਂ ਦੀਆਂ ਆਈਆਂ, ਇੱਧਰ ਸ਼ਿਕੰਦਰ ਆ, ਉੱਥੇ ਬਾਬਰੀ ਆਏ ਉਹਨਾਂ ਦੀਆਂ ਆਈਆਂ, ਆਪੋ ਆਪਦੇ ਪਿੰਡਾਂ 'ਚ ਬਸ ਹਿੰਦੂ ਬਾਅਦ ਵੱਖਰੇ ਬਣਦੇ ਆ, ਮੁਸਲਮਾਨ ਵੱਖਰੇ ਹੁੰਦੇ। ਇਹ ਫਿਰ ਬਾਬਾ ਜੀ ਉਦੋਂ ਦੀਆਂ ਕੋਈ ਗੱਲਾਂ ਬਾਤਾਂ ਸੁਣਾਓ ਸਾਨੂੰ, ਉਜਾੜਿਆਂ ਤੋਂ ਪਹਿਲੇ ਦੀਆਂ ਨਾ, ਵੀ ਕਿੱਦਾਂ ਰਹਿੰਦੇ ਸੀਗੇ, ਕਿੱਦਾਂ ਦੇ ਉੱਥੇ? ਬਸ ਤੈਨੂੰ ਆਖਾਂ, ਉਹਦਾ ਨੇ ਇੱਕੋ ਪਾਸਾ ਟੁੱਟਦਾ, ਰਾਤੀ ਕਬੱਡੀ ਖੇਡਣੀ ਜਾਂ ਦੇ ਖੇਡਣਾ, ਤਾਂ ਉਦੋਂ ਸਿੱਖ ਆ ਜਾਂਦੇ ਆ, ਰਾਹ ਵੀ ਆ ਜਾਂਦੇ ਆ, ਮੁਸਲੇ ਰਲ ਜਾਂਦੇ ਆ, ਉਹ ਰਲ ਤੇ ਖੇਡਦੇ ਆ, ਅੱਗੇ ਵੱਢ ਕੇ ਵੀ ਉਵੇਂ ਖੇਡਦੇ ਰਹੇ, ਅੱਗੋਂ ਅਸੀਂ ਉੱਠੀ ਜਾ ਸਕਦੇ ਅਸੀਂ ਵੀ ਉਵੇਂ ਖੇਡਦੇ। ਤੇ ਕਬੱਡੀ ਕਿਹੜੇ ਪਿੰਡ 'ਚ ਖੇਡਦੇ ਹੁੰਦੇ ਸੀ? ਇੱਕ ਛਬੀਲਾ ਕਿਰਾੜਾ ਬੇਲੀ ਆ ਮੇਰਾ, ਨਾ ਵਿਰਾ ਮੇਰੇ ਦਾ, ਉਹ ਛਬੀਲਾ ਕਿਰਾੜ ਜਿਹੜਾ ਨਾ, ਉਹ ਸਾਡੇ ਨਾਲ ਰਲ ਤੇ ਖੰਮਦਾ, ਉਸ ਰਲ ਤੇ ਖੰਮਦਾ, ਅਤੇ ਉਹ ਮੁੜ ਉਹਦੀ ਸ਼ਾਦੀ ਹੋਈ, ਉਹਦੇ ਨਾਲ ਹਜ਼ਾਰ ਰੋਟੀਆਂ ਰੋਟੀ ਖਾਧੀ ਰਲ ਦੇ, ਮੁੜ ਇੱਕ ਇੱਥੇ ਆਪਣੇ ਪਰਸੇ 'ਚ ਆਪਣਾ ਰਾਹ ਵੀਰੀ ਵੀਰੀ ਉਹਦੇ ਨਾਲ, ਕੋਈ ਸਾਡੇ ਨਾਲ ਰਲ ਤੇ ਰੋਟੀਆਂ ਖੰਮਦਾ, ਉਹਦਾ ਸ਼ਾਦੀ ਹੋਈ, ਉਹਦੇ ਨਾਲ ਹੀ ਗਿਆ ਸੀ। ਬਿਸਮਿਲਲਾਹ ਰਹਿਮਾਨ ਰਹੀਮ, ਅਸਲਾਮੁ ਅਲੈਕਮ, ਸਤਿ ਸ਼੍ਰੀ ਅਕਾਲ ਅਤੇ ਪ੍ਰਣਾਮ। ਪਿਆਰੇ ਦੋਸਤੋ, ਅੱਜ ਬਜ਼ੁਰਗਾਂ ਨੂੰ ਲੱਭਦੇ ਲਵਾਉਂਦੇ ਪਹੁੰਚੇ ਹਾਂ ਜੀ ਅਸੀਂ ਚਿਸ਼ਤੀਆਂ ਦੇ ਨੇੜੇ, ਕਲੋਨੀ ਆ ਜੀ ਬਲਾਲਕੋਟ। ਇਹਨਾਂ ਦੀ 1947 ਦੀ ਵੰਡ ਦੀ ਕਹਾਣੀ ਸੁਣਨ ਵਾਸਤੇ ਇਹਨਾਂ ਕੋਲ ਹਾਜ਼ਰ ਹੋਏ ਹਾਂ। ਇਸ ਤੋਂ ਪਹਿਲੇ ਕਿ ਆਪਾਂ ਬਜ਼ੁਰਗਾਂ ਨਾਲ ਗੱਲਬਾਤ ਸ਼ੁਰੂ ਕਰੀਏ, ਜੇ ਤੁਸੀਂ ਤੁਹਾਡੇ ਆਪਣੇ ਯੂਟਿਊਬ ਚੈਨਲ CTN ਪੰਜਾਬੀ TV 'ਤੇ ਪਹਿਲੀ ਵਾਰੀ ਆਏ ਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਦਿਓ, ਤਾਂ ਕਿ ਇਸ ਤੋਂ ਬਾਅਦ 'ਚ ਆਉਣ ਵਾਲੀਆਂ ਸਾਰੀਆਂ ਦਿਲਚਸਪ ਕਹਾਣੀਆਂ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਅਤੇ ਆਓ ਜੀ ਕਰਦੇ ਹਾਂ ਗੱਲ ਅੱਜ ਦੇ ਸਾਡੇ ਮਹਿਮਾਨ ਬਜ਼ੁਰਗਾਂ ਨਾਲ। ਅਸਲਾਮ ਅਲੈਕਮ ਬਾਬਾ ਜੀ। ਵਾਲੇਕੁਮ ਸਲਾਮ ਬਾਬਾ ਜੀ, ਨਾਂ ਦੱਸ ਦਿਓ ਆਪਣਾ ਪਹਿਲੇ ਜੀ। ਹਾਂਜੀ, ਸ਼ਿਕੰਦਰ ਮੇਰਾ ਨਾਂ ਹੈ। ਅਤੇ ਅੱਬਾ ਜੀ ਦਾ ਜੀ? ਅੱਬੇ ਦਾ ਨਾਂ ਜੀਵਨ ਖਾਂ ਮੁਸਲਾ। ਅਤੇ ਦਾਦੇ ਦਾ ਜੀ? ਬਾਬਾ ਉਹ ਜਿਹੜੇ ਮੇਰੇ ਦਾ ਦਾਦਾ ਆ। ਹਾਂਜੀ ਹਾਂਜੀ, ਦਾਦੇ ਨਾਂ ਉਹਦੇ ਨਾਂ ਅਲਾਵਲ ਖਾਂ। ਅਲਾਵਲ ਖਾਂ? ਅੱਛਾ, ਅਲਾਵਲ ਖਾਂ ਦੇ ਪਿਓ ਦੇ ਨਾਂ ਜੀ ਦਾ ਜਿੰਦਾ। ਅਲਾਵਲ ਖਾਂ ਦੇ ਪਿਓ ਦਾ ਨਾਂ? ਹਾਂ, ਜਿੰਦਾ ਜਿੰਦਾ। ਤੇ ਚਾਰ ਪੀੜੀਆਂ ਤੇ ਦੱਸੀ ਬੈਠਾ। ਅੱਛਾ, ਤੇ ਇਹ ਜਦੋਂ ਅਜਾੜੇ ਪਏ ਆ ਜੀ, 47 ਵਾਲੇ ਰੌਲੇ ਪਏ, ਉਦੋਂ ਕਿੰਨੇ ਕੁ ਸੀ ਤੁਸੀਂ? ਮੈਂ ਉਸ 35 ਨਾਲ ਤਿੰਨ ਮੱਖਾਂ ਨਾਲ ਘਬਰੂਆਂ ਨੂੰ ਖੇਡਦਾ ਰਿਹਾ, ਰਾਵਾਂ ਨਾਲ ਵੀ, ਸਿੱਖਾਂ ਨਾਲ ਵੀ, ਇੱਧਰ ਵੀ ਬਸਤੀਆਂ ਸਾਰੀਆਂ ਸਾਡੇ ਨਾਲ ਲੱਗਦੀਆਂ। ਉਹ ਸਾਰਿਆਂ ਦਾ ਹੀ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜੀ। ਜੀ, ਤੇ ਇਹ ਦੱਸੋ ਵੀ ਪੈਦਾਇਸ਼ ਕਿਹੜੀ ਜਗ੍ਹਾ ਦੀ ਤੁਹਾਡੀ? ਪੈਦਾਇਸ਼ ਜਗ੍ਹਾ ਮਿੰਚਣਬਾਦ ਦੀ। ਮਿੰਚਣਬਾਦ? ਤਹਿਸੀਲ ਮਿੰਚਣਬਾਦ। ਪਿੰਡ ਕਿਹੜਾ ਸੀ ਜੀ? ਬਾਲੀ ਮੁਸਲਿਆ ਦੀ ਬਸਤੀ ਬੈਦੀ ਆ ਜੀ, ਬਾਲੀ ਮੁਸਲਿਆ। ਸਾਡਾ ਸਾਡਾ ਵੱਡਕਾ ਜਿਹੜਾ, ਅੱਛਾ, ਉਹਦਾ ਨਾਮ ਮਸ਼ਹੂਰ ਆ ਬਸ। ਤੇ ਇਹ ਆਸੇ ਪਾਸੇ ਕਿਹੜੇ ਕਿਹੜੇ ਪਿੰਡ ਹੁੰਦੇ ਸੀਗੇ ਜੀ? ਆਸੇ ਪਾਸੇ ਇੱਕ ਡੱਡੀਆਂ ਦਾ ਹੁੰਦਾ, ਅੱਛਾ, ਸਿੱਖਾਂ ਦਾ, ਅੱਛਾ, ਤੇ ਇੱਕ ਪਾਸੇ ਪਰਸਾ ਉੱਥੇ ਦਾਮਾ ਦਾ, ਅੱਛਾ, ਇੱਕ ਪਾਸੇ ਦਾ ਆਪਣਾ ਕਿਰਾੜਾ ਦਾ ਖੂਹ, ਉਹ ਆਪਣਾ ਦੁੱਲਣ ਵੱਜਦਾ, ਉਹ ਆ ਇੱਕ ਪਾਸੇ ਬਾਬਰੀ ਆਏ, ਇੱਕ ਪਾਸੇ ਸ਼ਿਕੰਦਰ ਬਲੋਚਾਂ ਦਾ ਬਲੋਚ ਆਏ, ਉਸ ਸਾਡੀ ਬੱਤੀ ਦੇ ਨਾਲ ਹੀ, ਉਹ ਆਏ ਇੱਕ ਪਾਸੇ ਬਸਤੀ ਅਰਾਈਆਂ ਦੀ ਆਈ, ਅਰਾਈਆਂ ਦੇ ਆਏ, ਇਹ ਚੌਥੀ ਬਸਤੀ ਹੈ ਸਾਡੀ ਆਈ ਮੁਸਲਿਆਂ ਦੀ, ਅੱਗੋਂ ਹੁਣ ਮੁਸਲਿਆਂ ਦੀਆਂ 9 ਬਸਤੀਆਂ ਬਣ ਗਈਆਂ। ਅਤੇ ਇਹ ਜਿਹੜਾ ਬਾਬਾ ਜੀ ਆਪਣਾ ਪਿੰਡ ਹੁੰਦਾ ਸੀਗਾ, ਹਾਂ, ਜਾਂ ਆਪਣੀ ਬੱਸੋਂ ਸੀ ਜਿਹੜੀ, ਇਹ ਬਾਰਡਰ ਤੋਂ ਕਿੰਨੀ ਕੁ ਦੂਰ ਹੁੰਦੀ ਸੀ? ਇਹ ਬਾਰਡਰ ਤੋਂ ਤਾਂ ਮੇਰੇ 10-12 ਮੀਲ ਆ ਜੀ। 10-12 ਮੀਲ? ਹਾਂਜੀ। ਅਤੇ ਇਹ ਆਪਣੇ ਅੱਗੋਂ ਰੋਡੂ ਹੁੰਦਾ, ਅਤੇ ਰੋਡੂ ਤੋਂ ਕੋਈ ਨਾਲ ਬਾਰਡਰ ਆ। ਅੱਛਾ, ਤੇ ਇਹ ਆਪਣੇ ਬਾਰਡਰ ਦੇ ਉੱਥੇ ਚੜ੍ਹਦੇ ਪਾਸੇ ਜਿਹੜਾ ਹਿੰਦੁਸਤਾਨ ਵਾਲੇ ਪਾਸੇ, ਉਹ ਕਿਹੜਾ ਇਲਾਕਾ ਸੀਗਾ ਜਿਹੜਾ ਤੁਹਾਡੇ ਉੱਥੋਂ ਸਾਹਮਣੇ ਪੈਂਦਾ ਸੀਗਾ? ਉਹ ਗੁਰੂ ਸਾਹਿਬ ਵੱਜਦਾ। ਗੁਰੂ ਸਰ? ਹਾਂ, ਅੱਛਾ। ਤੇ ਉੱਥੇ ਗੁਰੂ ਜਿਹੜਾ ਹੈ ਆਪਣਾ ਫਾਜ਼ਿਲਕਾ ਬੰਗਲਾ, ਉਹ ਤਾਂ ਭਰਾ ਬੜਾ ਦੂਰ ਆ ਗਿਆ। ਬਾਬਾ ਜੀ, ਜਿਹੜਾ ਤੁਸੀਂ ਦੱਸਿਆ ਵੀ ਸਾਡੇ ਆਸੇ ਪਾਸੇ ਵਾਲੇ ਪਿੰਡ ਸੀਗੇ ਜਿਹੜੇ, ਹਾਂ, ਇਹਨਾਂ ਦੇ ਵਿੱਚ ਹਿੰਦੂ ਵੀ ਰਹਿੰਦੇ ਸੀ, ਸਿੱਖ ਵੀ ਰਹਿੰਦੇ ਸੀ? ਨਹੀਂ, ਚਾਰ ਸਿੱਖ ਤੇ ਹਿੰਦੂ, ਇਹ ਇੱਕ ਪਾਸੇ ਹੁੰਦੇ ਆ, ਸਾਡੀ ਬਸਤੀ ਮੁਸਲਮਾਨਾਂ ਦੀ ਕੋਈ ਨਹੀਂ ਆ। ਨਹੀਂ, ਆਸੇ ਪਾਸੇ ਦੇ ਪਿੰਡ ਆਸੇ ਪਾਸੇ ਆ, ਬਸਤੀਆਂ ਬਚੀ ਹੋਈ, ਹਾਂ, ਆਸੇ ਪਾਸੇ ਆ। ਜਿਹੜੇ ਆਸੇ ਪਾਸੇ ਵਾਲੇ ਲੋਕ ਹੁੰਦੇ ਸੀਗੇ, ਇਹ ਅਜਾੜਿਆਂ ਤੋਂ ਪਹਿਲੇ ਉਹਨਾਂ ਦਾ ਤੁਹਾਡੇ ਪਿੰਡ ਵਾਲੇ ਲੋਕਾਂ ਨਾਲ ਜਾਂ ਤੁਹਾਡੀ ਵੱਸੋਂ ਵਾਲੇ ਲੋਕਾਂ ਨਾਲ ਮੇਲ ਜੋਲ ਹੁੰਦਾ ਸੀਗਾ? ਹੋਰ ਹਜੇ ਮੇਲ ਜੋਲ ਆ।
ਰਲ ਤੇ ਖੇਡਣਾ, ਰਲ ਤੇ ਭਜਣਾ, ਖਾਵਣਾ। ਕਿਹੜੇ ਪਿੰਡ ਦੇ ਹੁੰਦੇ ਸੀ ਜੀ ਜਿਹੜੇ ਤੁਹਾਡੇ ਨਾਲ ਖੇਡਦੇ? ਉਹ ਡੱਡੀਆਂ ਦੇ ਆਏ। ਅੱਛਾ, ਪਰਸਾ ਵੱਜਦਾ ਉਹ ਆਏ। ਅੱਛਾ, ਆਪਣਾ ਭਰਾ ਖੁੱਡੀਆਂ ਵੱਜਦੀਆਂ ਜਾਂ ਉੱਥੇ ਮੁਸਲੇ ਵੱਜ ਗਏ। ਅੱਛਾ, ਖੁੱਡੀਆਂ ਵੱਜਦੀਆਂ ਉਹ ਉਹਨਾਂ ਖੁੱਡੀਆਂ ਬੱਝੀਆਂ ਹੋਈਆਂ ਜੀ ਛਪਰਾਂ ਦੀਆਂ। ਅੱਛਾ, ਉਹ ਖੁੱਡੀਆਂ ਖੁੱਡੀਆਂ ਵੱਜਦੀਆਂ ਉਹ ਰਾਵਾਂ ਦੀਆਂ ਆਈਆਂ। ਅੱਛਾ, ਇੱਧਰ ਸਿਕੰਦਰ ਆ ਉੱਥੇ ਬਾਬਰੀ ਆਏ ਉਹਨਾਂ ਦੀਆਂ ਆਈਆਂ। ਅੱਛਾ, ਆਪੋ ਆਪ ਦੇ ਪਿੰਡਾਂ 'ਚ ਬਸ ਹਿੰਦੂ ਬਾਅਦ ਵੱਖਰੇ ਬਣਦੇ ਆ, ਮੁਸਲਮਾਨ ਵੱਖਰੇ ਹੁੰਦੇ। ਇਹ ਫਿਰ ਬਾਬਾ ਜੀ ਉਦੋਂ ਦੀਆਂ ਕੋਈ ਗੱਲਾਂ ਬਾਤਾਂ ਸੁਣਾਓ ਸਾਨੂੰ ਉਜਾੜਿਆਂ ਤੋਂ ਪਹਿਲੇ ਦੀਆਂ ਨਾ, ਵੀ ਕਿੱਦਾਂ ਰਹਿੰਦੇ ਸੀਗੇ, ਕਿੱਦਾਂ ਦੇ ਉੱਥੇ? ਬਸ ਤੈਨੂੰ ਘਰ ਉਦਾਂ ਨੇ ਇੱਕੋ ਪਾਸਾ ਟੁੱਟਦਾ, ਰਾਤੀ ਕੌਡੀ ਖੇਡਣੀ ਜਾਂ ਦੇ ਖੇਡਣਾ। ਅੱਛਾ, ਤਾਂ ਉਦੋਂ ਸਿੱਖ ਆ ਜਾਂਦੇ ਆ, ਰਾਹ ਵੀ ਆ ਜਾਂਦੇ ਆ, ਮੁਸਲੇ ਰਲ ਜਾਂਦੇ ਆ, ਉਹ ਰਲ ਤੇ ਖੇਡਦੇ ਆ। ਅੱਗੇ ਵੱਢ ਕੇ ਵੀ ਉਵੇਂ ਖੇਡਦੇ ਰਹੇ, ਅੱਗੋਂ ਅਸੀਂ ਉੱਠੀ ਜਾ ਸਕਦੇ ਅਸੀਂ ਵੀ ਉਵੇਂ ਖੇਡਦੇ ਰਹੇ। ਅਤੇ ਕਬੱਡੀ ਕਿਹੜੇ ਪਿੰਡ 'ਚ ਖੇਡਦੇ ਹੁੰਦੇ ਸੀ? ਉਹ ਕਬੱਡੀ ਕਦੇ ਸਿਹਰੇ ਪਿੰਡ 'ਚ ਪਾ ਗਈ, ਕਦੇ ਮੇਰੇ 'ਚ ਆ ਗਈ, ਕਦੇ ਕਿਸੇ ਦਿਨ ਧੋਇਆ ਖਬਰ ਮੈਂ ਕਬੱਡੀ ਖੇਡ। ਅੱਛਾ, ਜਿੱਥੇ ਕਬੱਡੀ ਬੰਨ ਲਈ ਉੱਥੇ ਹੀ ਚਲੇ ਜਾਂਦੇ? ਹਾਂ, ਉੱਥੇ। ਤੁਸੀਂ ਵੀ ਖੇਡਦੇ ਹੁੰਦੇ ਸੀਗੇ ਜੀ? ਹਾਂ, ਮੈਂ ਹੀ ਖੇਡਦਾ ਰਹੀ ਹਾਂ, ਖੁੱਲਦਾ ਰਹੀ ਹਾਂ। ਅਤੇ ਤੁਹਾਡਾ ਕਦੀ ਕਿਸੇ ਸਿੱਖ ਨਾਲ, ਕਿਸੇ ਕਰਾੜ ਨਾਲ ਕੋਈ ਜੋੜ ਪਿਆ ਹੋਵੇ, ਮੁਕਾਬਲਾ ਪਿਆ ਹੋਵੇ? ਕਈ ਵਾਰੀ। ਇਹ ਬਾਬਾ ਜੀ ਉੱਥੇ ਫਿਰ ਕੋਈ ਮੇਲੇ ਮੂਲੇ ਵੀ ਲੱਗਦੇ ਹੁੰਦੇ ਸੀਗੇ ਆਸੇ? ਮੇਲੇ ਬੜੇ ਲੱਗਦੇ। ਕਿਹੜਾ ਕਿਹੜਾ ਮੇਲਾ ਜੀ? ਇਹ ਮੇਲਾ ਲੱਗਦਾ ਇੱਕ ਉੱਥੇ ਲੱਗਦਾ। ਅੱਛਾ, ਅਤੇ ਇੱਕ ਲੱਗਦਾ ਹੋਰ ਬਾਬਾ ਨਗਰ ਨਾ ਨਾਦਰ ਸ਼ਾਹ ਵੱਜਦਾ ਉੱਥੇ। ਅੱਛਾ, ਦੋਵੇਂ ਅਤੇ ਇੱਕ ਇਤਾਏ ਮੇਲੇ ਲੱਗਦੇ ਆ ਉੱਥੇ। ਉਹ ਜਿਹੜੇ ਸਿੱਖ ਵੀ ਜਾਂਦੇ ਸੀ, ਹਿੰਦੂ ਵੀ ਜਾਂਦੇ ਸੀ? ਸਾਰੇ। ਅੱਛਾ, ਕਿੱਦਾਂ ਦੇ ਸ਼ੁਗਲ ਹੁੰਦੇ ਸੀ ਜੀ ਉਹਦੇ ਵਿੱਚ? ਉੱਥੇ ਕੌੜੀਆਂ 'ਚ ਗੋਲਾਂ ਆਉਂਦੀਆਂ ਜੀ, ਹੋਰ ਕੋਈ ਸ਼ੁਗਲ ਨਹੀਂ। ਅੱਛਾ, ਬਸ ਇਹ ਦੋ ਕੰਮ ਆਉਂਦੇ ਆ, ਜਾਂ ਕੋਈ ਜਵਾਨ ਬੈਠੇ ਹੋਏ ਵੀੜੀਆਂ ਪੱਤਦੇ ਆ। ਅੱਛਾ, ਆਪੋ ਆਪ ਦੇ ਸਾਰੇ ਜਿਵੇਂ ਹੁਣ ਅੱਜ ਕੱਲ੍ਹ ਚੱਲਦਾ ਜੀ ਕੋਈ ਗਾਣੇ ਗੁਣੇ ਕੋਈ? ਨਾ। ਅੱਛਾ, ਇਹ ਮੁੜ ਪਿੱਛੇ ਪਿੱਛੇ ਜਿਹੜਾ ਮੋੜਾ ਉੱਠੀ ਜਾ ਨਾ, ਤਾਂ ਉੱਠੀ ਜਾ ਆਲਮ, ਆਲਮ ਲੁਹਾਰ ਆਇਆ ਇਸ ਨੂੰ, ਅਤੇ ਹੋਰ ਇੱਕ ਦੇ ਮੂੰਹ ਤੋਂ ਉੱਤੇ ਆਇਆ ਖੜਾ, ਉਹ ਨੰਜਾ ਵੇਖਦਾ ਤੇ ਲੱਦਿਆ ਦੇ ਚਾਰ। ਬਾਬਾ ਦੀਨਾ ਵੀ ਇੱਕ ਹੁੰਦਾ ਸੀਗਾ ਜੀ, ਉਹ ਵੀ ਗੁਜ਼ਰ ਗਿਆ। ਤੁਹਾਡੀ ਬਰਾਦਰੀ ਕਿਹੜੀ, ਕੌਮ ਕਿਹੜੀ ਆ? ਆਪਣੀ ਬਰਾਦਰੀ ਮੁਸਲੇ ਵੱਜਦੇ ਹਾਂ ਅਸੀਂ, ਮੁਸਲੇ ਸਾਡੂ ਵੱਢ ਕੇ ਜਿਹੜੇ ਕਈ ਆਏ ਨਾ ਅੱਗੇ ਪਹਿਲਾਂ ਜਿਸੇ ਮੁਸਲਮਾਨ ਹੋਏ ਨਾ, ਹਾਂਜੀ ਹਾਂਜੀ, ਤਾਂ ਉਸ ਵੇਲੇ ਤੈਨੂੰ ਆਖਾ ਵੀ ਨਹੀਂ ਰਿਹਾ ਨਾਲ, ਤੂੰ ਵੀ ਤੂੰ ਜ਼ਮੀਨਾਂ ਲਈ ਹੋਈਆਂ ਨੇ ਤੇ ਵਿਚਾਲੇ ਨਾ ਜੀ ਬੱਤੀ ਆ ਗਈ। ਅੱਛਾ, ਇਹ ਪਿੱਛੇ ਕਿਤੇ ਪਹੁੰਚੇ ਤੇ ਨਾ, ਤੇ ਇਹਨਾਂ ਪੰਜ ਇੱਕ ਮੁਰੱਬੇ ਲੈ ਲਈ, ਨੂੰ ਕਿਸੇ 10 ਲੈ ਲਈ, ਕਿਸੇ 5 ਲੈ ਲਈ, ਕੋਈ 20 ਲੈ ਲਈ। ਇਹ ਜਿਸੇ ਆ ਪਹੁੰਚੇ ਤੇ ਇਹ ਵੀ ਤੂੰ ਹਿੰਦੂਆਂ ਦੀਆਂ ਵੱਥੇ ਜ਼ਮੀਨਾਂ ਹੋ ਗਈਆਂ ਤੇ ਇਹਨਾਂ ਪਿੱਛੇ ਆ ਲਈ, ਇਹ ਵਿਚਾਰੇ ਆ ਗਏ ਹਿੰਦੂਆਂ ਦੇ ਵਿੱਚ। ਉਹ ਤਾਂ ਤੈਨੂੰ ਆਉਂਦਾ ਪਿਆ ਵਿਚਾਰ ਛ ਫੇਰੂ ਬੱਤੀਆਂ ਭੱਜ ਗਈਆਂ ਤੇ ਵਿਚਾਲੇ ਸਾਡੀ ਬੱਤੀ ਇੱਕ ਆ ਗਈ, ਉੱਥੋਂ ਅਸੀਂ ਪ੍ਰਦੇਸ਼ ਹੋਇਆ। ਡੁੱਡੀ ਬਣਿਆ ਸੀ, ਬੱਟੀ ਬਣਿਆ ਸੀ, ਕੋਖਰ, ਉਹ ਸਾਰੇ ਮੁਸਲੇ ਮੁਸਲੇ ਵੱਜਣ ਲੱਗ ਗਏ। ਹੁਣ ਹੀ ਅਸੀਂ ਕਾਗਜ਼ਾਂ ਤੇ ਮੁਸਲੇ ਆ। ਮੈਂ ਇੱਥੇ ਪੁੱਤ ਦਾ ਜਾ ਕੀਤਾ ਪੱਕਾ ਕਰੋੜ, ਤੇ ਉਹ ਉਹਨਾਂ ਕਾ ਯਾਰ ਗੱਲ ਇਹ ਜੀ, ਤੁਸੀਂ ਜ਼ਾਤ ਮੁਸਲੇ ਦੱਸੇ ਨੇ ਤਾਂ ਅਸੀਂ ਮੁਸਲੇ ਨਹੀਂ ਹਾਂ। ਉਹ ਇੱਧਰ ਮੇਰਾ ਪੁੱਤਰ ਜਾ ਮੈਂ ਸ਼ਾਦੀ ਕੀਤੀ ਤਾਂ ਉਹ ਅੰਨਾ ਖਾ। ਮੈਂ ਕਿਹਾ ਠੀਕ ਹੈ, ਤੁਸੀਂ ਮੁਸਲੇ ਨੇ, ਤੁਸੀਂ ਹੁਣ ਨਵੇਂ ਮੁਸਲਮਾਨ ਹੋਏ ਨੇ, ਅਸੀਂ ਪੁਰਾਣੇ ਮੁਸਲੇ ਹਾਂ, ਅਸੀਂ ਮੁਸਲਮਾਨ ਸਦੀ ਨੇ, ਤੁਸੀਂ ਉਹ ਨਵੇਂ ਮੁਸਲਮਾਨ ਦੀਨਦਾਰ ਸਦੀ ਨੇ। ਕੁਛ ਹੱਸਣ ਲੱਗ ਗਿਆ, ਅਸੀਂ ਤਾਂ ਜਿਹੜੇ ਸਾਨੂੰ ਜ਼ਾਤ ਹੋਰ ਬਣਾ ਨਹੀਂ ਉਹਨਾਂ ਹਿੰਦੂਆਂ ਨੇ ਦਿੱਤੀ, ਇਹ ਜੀ ਹੈਲੋ ਗੁਲਾਬੀਆ ਦੂਸਰੇ ਜਹਾਜ਼ ਤੇ ਅਸੀਂ ਜਾ ਮੁਸਲੇ ਦੀ ਵਸਤੀ ਤੇ ਨਿਤਾਰੇ ਹੋਏ, ਅੱਗੇ ਹੋਏ ਕੋਈ ਨਹੀਂ ਆ, ਅੱਗੇ ਮੁਸਲੇ ਮੁਸਲੇ ਵੱਜਦੇ ਰਹਿੰਦੇ ਆ। ਇਹ ਗੱਲ ਤੇ ਇਹ ਬਾਬਾ ਜੀ ਫਿਰ ਜਦੋਂ ਉਜਾੜੇ ਪਏ ਆ, ਗਦਰ ਪਿਆ, ਉਦੋਂ ਜਿਹੜੇ ਤੁਹਾਡੇ ਆਸੇ ਪਾਸੇ ਵਾਲੇ ਪਿੰਡਾਂ ਵਾਲੇ ਸੀਗੇ ਸਿੱਖ ਜਾਂ ਕਰਾੜ, ਹਾਂ, ਉਹ ਫਿਰ ਅਮਨਾ ਮਾਨ ਚਲੇ ਗਏ ਸੀ ਕਿ ਹਰ ਬੰਦੇ ਨਾਲ, ਬਲੋਚਾਂ ਨਾਲ ਵੀ, ਰਾਜਿਆਂ ਨਾਲ ਹੀ, ਵਿਆਹਾਂ ਤੇ ਵਿਆਹ ਬਣੇ ਹੋਏ ਸੀ। ਤੇ ਜਾਣ ਲੱਗਿਆ ਨੇ ਤੁਹਾਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਾਇਆ? ਨਾ ਸਭ ਪਹੁੰਚਾਇਆ, ਨਾ ਉਹ ਨਾ ਪਹੁੰਚਾਇਆ, ਉਹ ਮਾਲ ਮੂਲ ਕੁਝ ਜਿਹੜਾ ਲੈ ਗਏ ਲੈ ਗਏ, ਦੂਆ ਛੱਡ ਗਏ ਛੱਡ ਗਏ, ਅਸਾਂ ਕਿਸੇ ਨੂੰ ਮਾਰਾ ਕੁੱਟਾ ਨਹੀਂ। ਮੁੜ ਵਾਹ ਕੇ ਪਾਸੇ ਖਬਰ ਆਪ ਜੀ, ਉਹ ਆਖਿਆ ਉਹਨਾਂ ਕਾ ਖਬਰ ਚਾਰ ਦਿਹਾੜਿਆ ਮੁੜ ਆ ਜਸਾ ਤੁਹਾਡੇ ਕੋਲ, ਮੈਂ ਇਸ ਤਰ੍ਹਾਂ ਜਿਹੜਾ ਮਿਲਦੇ ਜੁਲਦੇ ਲਿਖਦੇ ਗਏ। ਤੇ ਇੱਕ ਦੂਜੇ ਦੇ ਵਿਆਹ ਸ਼ਾਦੀ ਤੇ ਵੀ ਜਾਂਦੇ ਹੁੰਦੇ ਸੀ ਬੜੇ ਪਹਿਲੇ ਜਦੋਂ ਰਹਿੰਦੇ ਹੁੰਦੇ? ਜੀ ਆ। ਅੱਛਾ, ਤੁਸੀਂ ਵੀ ਗਿਆ ਸੀ ਜੀ ਕਿਸੇ ਦੇ ਸ਼ਾਦੀ ਤੇ? ਕਿਸੇ ਕੋਈ ਸ਼ਾਦੀਆਂ ਤੇ ਗਏ ਆ ਕਿ ਖਾਈ ਖੂਨ? ਨਾਂ ਨੂੰ ਦੱਸੋ ਨਾ ਜੀ, ਕਿਨਾਂ ਕਿਨਾਂ ਦੇ ਗਿਆ ਸੀ? ਇੱਕ ਸ਼ਬੀਲਾ ਕਿਰਾੜਾ ਬੇਲੀਆ ਮੇਰਾ। ਅੱਛਾ, ਨਾ ਬਰਾ ਮੇਰੇ ਦਾ। ਅੱਛਾ, ਉਹ ਸ਼ਬੀਲਾ ਕਿਰਾੜ ਜਿਹੜਾ ਨਾ, ਉਹ ਸਾਡੇ ਨਾਲ ਰਲ ਤੇ ਖੰਮਦਾ। ਅੱਛਾ, ਉਹ ਰਲ ਤੇ ਖੰਮਦਾ ਤੇ ਉਹ ਮੁੜ ਉਹਦੀ ਸ਼ਾਦੀ ਹੋਈ। ਅੱਛਾ, ਉਹਦੇ ਨਾਲ ਹਜ਼ਾਰ ਰੋਟੀਆਂ ਡੂਟੀ ਖਾਧੀ ਰਲ ਤੇ, ਮੁੜ ਇੱਕ ਇੱਥੇ ਆਪਣੇ ਪਰਸੇ 'ਚ
ਆਪਣਾ ਰਾਹ ਵੀਰੀ ਵੀਰੀ ਉਹਦੇ ਨਾਂ ਕੋਈ ਸਾਡੇ ਰਾਹ ਰਾਹ ਤੇ ਰੋਟੀਆਂ ਖਾਂਦਾ ਉਹਦਾ ਸ਼ਾਦੀ ਹੋਈ ਉਹਦੇ ਨਾਲ ਹੀ ਗਿਆ ਸੀ ਸੁੱਕੀ ਰਸ ਲੈਂਦੇ ਆ ਅਸੀਂ ਵੀ ਦਿੰਦੇ ਆ ਸੁੱਕੀ ਰਸ ਤੇ ਸੁੱਕੀ ਰਸ ਲੈਂਦੇ ਆ ਘਿਓ ਚਾ ਦਿੱਤਾ ਕੁੱਕੜੀ ਚਾ ਦਿੱਤੀ ਜਾਂ ਬੱਕਰਾ ਚਾ ਦਿੱਤਾ ਉਹ ਇਸ ਤਰ੍ਹਾਂ ਖਾਂਦੇ ਆ ਅੱਛਾ ਬਾਬਾ ਜੀ ਜਦੋਂ ਤੁਸੀਂ ਜਾੜਿਆ ਤੋਂ ਪਹਿਲੇ 35 ਸਾਲ ਉਮਰ ਦੱਸੀ ਆ ਸਕੂਲੇ ਪੜ੍ਹਦੇ ਵੀ ਹੁੰਦੇ ਸੀ ਕਿ ਕੰਮ ਕਾਰ ਜੀ ਲੱਗ ਗਿਆ ਸੀ ਕੋਈ ਨਾ ਉਸ ਸਕੂਲ ਦਾ ਨਾਂ ਹੀ ਨਾ ਲਾਇਆ ਸਾਰਿਆਂ ਨੂੰ ਕੀ ਵਾਹੀ ਕਰਦੇ ਹੁੰਦੇ ਸੀ ਵਾਹੀ ਕਰਦੇ ਸੀ ਮੇਲੇ ਉੱਕਾ ਹੀ ਵੇਲੇ ਰਹਿੰਦੇ ਸੀ ਉੱਕਾ ਵੇਲੇ ਅੱਛਾ ਮਈ ਮਈ ਪੰਜ ਪੰਜ ਵੀ ਵੀ ਮਈ ਹੁੰਦੀ ਹੀ ਕਰਦੀਆਂ ਅੱਛਾ ਉਹਨਾਂ ਦੁੱਧ ਸ਼ੁੱਧ ਤੇ ਘਿਓ ਵਿੱਚ ਹੀ ਰੱਖਦੇ ਆ ਅੱਛਾ ਤੇ ਉਹ 4 ਕਿੱਲੇ ਕਣਕ ਹੋਵਣੀ ਤਾਂ ਜਿਹੜੇ 2-2 ਕਿੱਲੇ ਉਹਨਾਂ 'ਚੋਂ 10 ਮਣ 20 ਮਣ ਹੋਵਣੀ ਉਹ ਹੀ ਬਰਕਤ ਪਈ ਰਹਿਣੀ ਇਹ ਜਦੋਂ ਉਹਨਾਂ ਦੇ ਤੁਸੀਂ ਵਿਆਹ ਸ਼ਾਦੀ ਤੇ ਜਾਂਦੇ ਹੁੰਦੇ ਸੀਗੇ ਜੀ ਬਰਾਤ ਨਾਲ ਵੀ ਗਿਆ ਸੀ ਕਿਸੇ ਦੇ ਨਹੀਂ ਬਰਾਤ ਕੋਈ ਨਹੀਂ ਗਿਆ ਤੇ ਉਹਨਾਂ ਦੇ ਰਸਮੋ ਰਿਵਾਜ ਕਿੱਦਾਂ ਦੇ ਹੁੰਦੇ ਸੀ ਮੁਸਲਮਾਨਾਂ ਵਰਗੇ ਜਾਂ ਵੱਖੋ ਵੱਖ ਹੁੰਦੇ ਸੀਗੇ ਨਹੀਂ ਉਹਨਾਂ ਦੇ ਆਪੋ ਆਪ ਦੇ ਰਿਵਾਜ ਵੱਖਰੇ ਹੁੰਦੇ ਉਹ ਐਂ ਹੁੰਦਾ ਜਿਹੜਾ ਉਹ ਲਾੜਾ ਹਾਂ ਜੀ ਉਹ ਇੱਕ ਜੰਡੀ ਬਣੀ ਹੋਈ ਆ ਜੀ ਅੱਛਾ ਇਹ ਡੜੀਆਂ ਦੇ ਵਿੱਚ ਅੱਛਾ ਇਹ ਵੱਤੀ ਮਸ਼ਹੂਰ ਆ ਜੀ ਇਹ ਇੱਕ ਜੰਡੀ ਬਣੀ ਹੋਈ ਆ ਜੀ ਉਹਦੇ ਨਾਲ ਇਹਦੂ ਬਰਦਾ ਦੇ ਨਾਲ ਟਿੱਬਾ ਇਹਦੂ ਵੀ ਜਾਂਦ ਦੇ ਨਾਲ ਲਾ ਦਿੱਤਾ ਅੱਛਾ ਉਹਦੇ ਉੱਤੋਂ ਚੱਕਰ ਲੈਂਦੇ ਆ ਸੱਤ ਅੱਛਾ ਜੇ ਸ਼ਾਦੀ ਕਰਦੇ ਆ ਨਾ ਤਾਂ ਤੂੰ ਲਾਗੇ ਹੋ ਜਾਣਾ ਤੋ ਲੜਕੀ ਮਗਰੂ ਜਿਹੜਾ ਹੁੰਦਾ ਜਿਹੜਾ ਕੁੜਸੇ ਦਾ ਲਾੜ ਜਿਹੜਾ ਮਗਰ ਇਹ ਪਾਸ ਤੇ ਟੁੱਟਾ ਐਂ ਕਰ ਤੇ ਟੁੱਟਾ ਆਉਣਾ ਤੇ ਪੜਦਾ ਆਉਣਾ ਤੇ ਉਹ ਬਗੋ ਤੇ ਇੱਕ ਬੈਠਾ ਹੁੰਦਾ ਜਿਵੇਂ ਆਪਣੇ ਮੌਲਵੀ ਹੈ ਨਾ ਉਹ ਬੈਠਾ ਹੁੰਦਾ ਬਸ ਉਹ ਅੱਗੂ ਜਿਹੜਾ ਉਹ ਉਹਨਾਂ ਨੂੰ ਆਉਂਦਾ ਕੋਈ ਦੱਦਾ ਨਾ ਉਹਨਾਂ ਦੇ ਉਹ ਇਸ ਤਰ੍ਹਾਂ ਜਿਹੜਾ ਉਹ ਸੱਤ ਫੇਰੇ ਲਿਆ ਤੇ ਨਿਕਾਹ ਉਹਨਾਂ ਦਾ ਆਪਾਂ ਮੌਲਵੀ ਕਰਨੇ ਆ ਉਹ ਨਿਕਾਹ ਕਰਦੇ ਆ ਤੁਸੀਂ ਵੀ ਕਿਸੇ ਨਿਕਾਹ 'ਚ ਗਏ ਸੀ ਦੇਖਿਆ ਸੀ ਕਈ ਵਾਰੀ ਦੋ ਚੋ ਵਾਰੀ ਜਾ ਵੇਖੇ ਨੋ ਦੋ ਨਾ ਦਿਆ ਆ ਤੇ ਤੈਨੂੰ ਆਂਦੇ ਹਾਂਜੀ ਠੀਕ ਹੈ ਜੀ ਪਿਆਰੇ ਪੰਜਾਬੀ ਵੀਰੋ ਆ ਸੀ ਜੀ ਬਜ਼ੁਰਗਾਂ ਨਾਲ ਅੱਜ ਵੀ 1947 ਦੀ ਵੰਡ ਤੋਂ ਪਹਿਲੇ ਦੀ ਅਤੇ 1947 ਦੀ ਵੰਡ ਵੇਲੇ ਦੀ ਕਹਾਣੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ 'ਚ ਲੈਂਦੇ ਪੰਜਾਬ ਦੇ ਹੋਰ ਬਜ਼ੁਰਗਾਂ ਨੂੰ ਨਾਲ ਲੈ ਕੇ ਉਦੋਂ ਤੱਕ ਲਈ ਇਜਾਜ਼ਤ ਅੱਲਾ ਹਾਫਜ਼